सोचा कि अज नुसरत फतेह अली खान साहब नाम छोटा जहा सा सुनासीए तुसा को गीत क्या मिक्स बात है, हो गई क्या है, बात माड़ी माड़ी पटवारी मिक्स हो गई ए, इस तरह अगली की। दफा आज तो चलो बर्दाश्त कर लेने हैं क्योंकि तुसा सारे रिधे पे हो। आज इंदा जरा चैनल है ना वल वल चेंज थींदा पिया, तो अगली दफा मैं चैनल चेंज करने वाला बटन जरा ना खो खिनड़े है। ठीक है, कोई गाल नहीं, पटवारी कोई गाल नहीं भाई, अपनी डोमेन च रहो। ठीक है ठीक है, ते असा सुनाने तुसा की जी बिल्कुल बिल्कुल नुसरत फतेह साहब ना, नुसरत फतेह अली साहब दा तुसा गीत सुनांदे पे हो, बड़ा सोहना बड़ा मिठा, थोड़ी जी रिहर्सल इन्होंने थी पी है, प्रैक्टिस थी पे, तो मैं सुना तो बड़ा मजा करें पे, उम्मीद है कि तुक भी बड़ा मजा करे सी, इंजॉय करे सो तुसा। गम वाला चरखा गम वाला चरखा ते दुखा दिया पूड़िया वे मैं जीवे जीवे कत्ती जावा ए होण पईया दूरियां कत सकदी ना कत सकदी ना कत सकदी ना वललिए कुड़िए तेरी पूड़िया दी परी चंगारी सुन चरखे दी मिठी मिठी कू माया मैनू याद आवदा सुन चरखे दी मिठी मिठी कू माया मैनू याद आवदा मेरे दिल विचों उठदी ए हूक मेरे दिल विचों उठदी ए हूक माया मैनू याद आवदा सुन चरखे दी मिठी मिठी कू माया मैनू याद आवदा सुन चरखे दी मिठी मिठी कू मेरी दवाला चल कदों चढ़ेगा चढ़ेगा अल्लाह जाने माया कदों वेले बढ़ेगा बढ़ेगा दुख डाडे ने ते जिंदड़ी मलूक माया मैनू याद आवदा सुन चरखे दी मिठी मिठी कूक माया मैनू याद आवदा सुन चरखे दी मिठी मिठी माही आवेगा ते खुशियां मनावांगी मनावांगी ओदी राह विच पलकों बिछावांगी बिछावांगी माही आवेगा ते खुशियां मनावांगी मनावांगी ओदी राह विच अखियां बिछावांगी बिछावांगी जान छड़िए बिछोड़िया ने फूक माया मैनू याद आवदा सुन चरखे दी मिठी मिठी फूक माया मैनू याद आवदा मेरे दिल विचों उठदी है हूक मेरे दिल विचों उठदी है हूक माया मैनू याद आवदा।
ਦਾ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਰੀ ਯਾਦ ਆਈਆ ਤੇਰੀ ਯਾਦ ਆਈਆ ਉੱਚੀਆਂ ਲੰਮੀਆਂ ਲਾਲ ਖਜੂਰਾਂ ਪੱਤਰ ਜਿਨ੍ਹਾਂ ਦੇ ਸਾਵੇ ਉੱਚੀਆਂ ਲੰਮੀਆਂ ਲਾਲ ਖਜੂਰਾਂ ਪੱਤਰ ਜਿਨ੍ਹਾਂ ਦੇ ਸਾਵੇ ਅੱਗੇ ਕੀ ਹੈ ਤੁਸੀਂ ਗਾਓ ਜਿਸ ਦਮ ਕੋ ਮੈਂ ਯਾਦ ਕਰਾਂ ਉਹ ਦਮ ਨਜ਼ਰ ਨਾ ਆਵੇ ਮੈਂ ਯਾਦ ਕਰਾਂ ਮੈਨੂੰ ਉਹ ਦਮ ਨਜ਼ਰ ਨਾ ਆਵੇ ਤੇਰੀ ਯਾਦ ਆਈਆ ਤੇਰੀ ਯਾਦ ਆਈਆ ਤੇਰੀ ਯਾਦ ਆਈਆ ਤੇਰੀ ਯਾਦ ਆਈਆ Well done. Thank you so much. ਅਤੇ ਯਾਰ ਗੁਲ ਭਾਈ ਜਿਵੇਂ ਤੁਸੀਂ ਬੜੇ ਸੋਹਣੇ ਤਰੀਕੇ 'ਤੇ ਨੁਸਰਤ ਸਾਹਿਬ ਦਾ ਗਾਣਾ ਤੁਸੀਂ ਨਿਭਾਇਆ ਕਿਉਂਕਿ ਉਹਨਾਂ ਦੇ ਗਾਣੇ ਕੋ ਉਹਨਾਂ ਦੇ ਯਾਰ ਉਹ ਗਾਵਣ ਹੀ ਬੜਾ ਔਖਾ ਹੁੰਦਾ ਇਹਨਾਂ ਦਾ ਉਹਨਾਂ ਦੀ ਲੈਅ ਕੋ ਕੰਟਰੋਲ ਕਰਨ ਇਹਨਾਂ ਦੇ ਤਲਫਜ਼ ਕੋ ਇਹਨਾਂ ਦੇ ਉਤਾਰ ਚੜ੍ਹਾਓ ਜਿਹੜੇ ਹਨ ਇਹਨਾਂ ਦੀ ਸ਼ਾਇਰੀ ਦੇ ਵਿੱਚ ਬੜੇ ਔਖੇ ਅਤੇ ਉਸ ਸਕੇਲ ਵਿੱਚ ਮੇਰੇ ਜ਼ਹਿਨ 'ਚ ਆ ਗਿਆ ਮੈਂ ਕਿ ਚਲੋ ਅੱਛਾ ਫਿਊਜ਼ਨ ਹੋਣਾ ਚਾਹੀਦਾ ਬਲਕਿ ਅਸੀਂ ਕਰਨੇ ਰਸਾ ਫਿਊਜ਼ਨ ਜੇ ਹੈਪੀ ਨਾ ਆਇਆ ਦੁਬਾਰਾ ਤਾਂ ਫਿਰ ਅਸੀਂ ਬਹੁਤ ਸਾਰੇ ਉਹਦੀ ਛਾ ਜਿਹੜੀ ਹੈ ਮਜ਼ਾਕ ਕਰਨਾ ਉਸ ਦੀ ਕਮੀ ਤਾਂ ਫੀਲ ਹੋਣੀ ਉਸ ਤੋਂ ਬਗੈਰ ਤਾਂ ਸਾਡਾ ਪ੍ਰੋਗਰਾਮ ਹੀ ਨਹੀਂ ਸੱਜਣਾ ਕਿਉਂਕਿ ਜਦੋਂ ਤੱਕ ਬੱਲੇ ਬੱਲੇ ਨਹੀਂ ਹੋਣੀ ਨਾ ਉਸ ਟਾਈਮ ਪ੍ਰੋਗਰਾਮ ਨਹੀਂ ਬੱਲੇ ਬੱਲੇ ਨਹੀਂ ਹੋਣੀ ਅਤੇ ਨੈਕਸਟ ਤੁਸੀਂ ਦੱਸੋ ਕਿ ਹੁਣ ਪ੍ਰੋਗਰਾਮ ਦੇ ਵਿੱਚ ਤੁਸੀਂ ਕੁਛ ਸੁਣਾਸੋ ਸਕੀ ਔਰ ਮਜ਼ੀਦ ਗੀਤ ਕੀ ਉੱਕਾ ਥੀ ਗਿਆ ਖਤਮ ਤੋ ਕੋ ਪਤਾ ਹੈ 1 ਘੰਟਾ ਸਦਾ ਹੋਂਦਾ ਤੁਹਾਡੇ ਨਾਲ ਪਤਾ ਨਹੀਂ ਲੱਗਦਾ ਘੰਟਾ ਕਿਵੇਂ ਆਇਆ ਤੇ ਕਿਵੇਂ ਖਤਮ ਥਿਆ ਤੇ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੱਲ ਮੁਹਾੜ ਕਰਕੇ ਜਿਨ੍ਹਾਂ ਲੋਕਾਂ ਕਾਲ ਕੀਤੀ ਉਹਨਾਂ ਦਾ ਬਹੁਤ ਸ਼ੁਕਰੀਆ ਤੇ ਜਿਨ੍ਹਾਂ ਲੋਕਾਂ ਕਾਲ ਨਹੀਂ ਕੀਤੀ ਉਹਨਾਂ ਦਾ ਵੀ ਬੜਾ ਸ਼ੁਕਰੀਆ ਕਿ ਉਹਨਾਂ ਸਾਡੇ ਇਹ ਪ੍ਰੋਗਰਾਮ ਕੋ ਪਸੰਦ ਕੀਤਾ ਬਰਦਾਸ਼ਤ ਕੀਤਾ ਨਾ 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 ਬਰਦਾਸ਼ਤ ਵਾਲੀ ਗੱਲ ਨਹੀਂ ਸਾਡੀ ਕੋਸ਼ਿਸ਼ ਹੈ ਕਿ ਅਸਾਂ ਮਿੱਠੀਆਂ ਮਿੱਠੀਆਂ ਜ਼ਬਾਨਾਂ ਦੇ ਵਿੱਚ ਮਿੱਠੀਆਂ ਮਿੱਠੀਆਂ ਗਾਲੀਆਂ ਕਰਕੇ ਮਿੱਠੇ ਮਿੱਠੇ ਗੀਤ ਤੁਹਾਨੂੰ ਸੁਣਾਉਂ ਤਾਂ ਕਿ ਤੁਸੀਂ ਇਹ ਟਾਈਮ ਆਪਣਾ ਫੁੱਲ ਇੰਜੋਏ ਕਰ ਸਕੋ ਰਿਲੈਕਸ ਥੀ ਸਕੋ ਤੇ ਸਾਰੇ ਦਿਹਾੜੇ ਤੇ ਜਿਹੜੇ ਤੁਹਾਡੇ ਟੈਨਸ਼ਨ ਆਏ ਉਹ ਸਾਡੇ ਪ੍ਰੋਗਰਾਮ ਕੋ ਦੇਖ ਕੇ ਖਤਮ ਥੀ ਵੰਜੇ ਸਪੈਸ਼ਲੀ ਮੈਂ ਦੱਸਿਆ ਮੈਂ ਆਸਾ ਆਪਣੇ ਪਠਵਾਰ ਨੇ ਸੰਗੀਆਂ ਕੀ ਮਾਵਾਂ ਭੈਣਾਂ ਕੀ ਸਾਰੇ ਕੀ ਆਸਾ ਕਿ ਪਲੀਜ਼ ਇਹ ਪ੍ਰੋਗਰਾਮ ਤੱਕਿਆ ਕਰੋ ਤੇ ਅਸਾਂ ਕੀ ਫੀਡਬੈਕ ਦਿਆ ਕਰੋ ਕਾਲ ਕਰਿਆ ਕਰੋ ਆਪਣੀ ਫਰਮਾਇਸ਼ ਦੱਸਿਆ ਕਰੋ ਜੋ ਵੀ ਗੱਲ ਬਾਣੀ ਹੋਵੇ ਦਿਲ ਨਹੀਂ ਅਸਾਂ ਨਾਲ ਬਾਇਆ ਕਰੋ ਮਿੱਠੇ ਮਿੱਠੇ ਬੋਲ ਅਸਾਂ ਨਾਲ ਬੋਲਿਆ ਕਰੋ ਤੇ ਪ੍ਰੋਗਰਾਮ ਨਾ ਵੇਲਾ ਮੁੱਕ ਗਿਆ ਤੇ ਇਨਸ਼ਾਅੱਲਾ ਅੱਲਾ ਸੋਹਣੇ ਨੇ ਵਾਲੇ ਇਨਸ਼ਾਅੱਲਾ ਮਿਲਦੇ ਹੈ ਅਗਲੇ ਪ੍ਰੋਗਰਾਮ ਵਿੱਚ ਵਜਣਾ ਬਲਕਿ ਤੁਸੀਂ ਜ਼ਰੂਰ ਸਾਕੋ ਕਾਲ ਵੀ ਕਰਿਆ ਸੋ ਤਾਂ ਮਿਲ ਸੋ ਸਾਕੋ ਅਗਲੇ ਪ੍ਰੋਗਰਾਮ ਦੇ ਵਿੱਚ ਇਸੇ ਦਿਹਾੜੇ 6 ਕੋਲ 7 ਵਜੇ ਵਾਲਾ ਟਾਈਮ ਹੁਣ ਸਾਕੋ ਦੇ ਇਜਾਜ਼ਤਾਂ ਅੱਲਾ ਦੇ ਹਵਾਲੇ ਅੱਲਾ